ਦੇਖੋ ਮਾਲਕ ਦੇ ਰੰਗ ਨੇ, ਜਿਹਨੂੰ ਸੱਚੇ ਪਾਤਸ਼ਾਹ ਨੇ ਤਿਲਕ ਕਰਨਾ ਜਿਤਨਾ ਉਹਨੇ ਆ। ਲੇਕਿਨ ਜਿੱਥੇ ਤਾਈਂ ਸਾਡੀ ਗੱਲ ਆ, ਮੇਰੀ ਅਤੇ ਆਜ਼ਾਦ ਵਿਧਾਇਕ ਦੀ ਅਤੇ ਸਾਬਕਾ ਵਿਧਾਇਕ ਦੀ, ਅਸੀਂ ਜ਼ੀਰਾ ਦੀ ਡਟ ਕੇ ਮਦਦ ਕੀਤੀ ਆ ਔਰ ਜ਼ੀਰਾ ਜੀ ਬਹੁਤ ਅੱਛੀਆਂ ਵੋਟਾਂ ਨਾਲ ਇਹਨਾਂ ਦੋਵੇਂ ਸੀਟਾਂ 'ਤੇ ਜਿੱਤਣਗੇ। ਔਰ ਮਾਝੇ 'ਚ ਵੀ ਮੈਂ ਦੇਖਿਆ ਕਿ ਲੋਕਾਂ ਦਾ ਰੁਝਾਨ ਬਹੁਤ ਅੱਛਾ ਕਾਂਗਰਸ ਪ੍ਰਤੀ, ਔਰ ਇੱਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜਿਹਨੂੰ ਲੋਕਾਂ ਨੇ ਜ਼ਿਆਦਾ ਵੋਟਾਂ ਪਾਉਣੀਆਂ। ਪੰਜਾਬ ਦੇ ਵਿੱਚ ਕੀ ਦੇਖਦੇ ਹੋ 13 ਸੀਟਾਂ ਦੇ ਵਿੱਚ? 13 'ਚ ਕਿਹਦੀਆਂ ਦੱਸਾਂ? ਬੀਜੇਪੀ ਦੀਆਂ ਦੱਸਾਂ, ਕਾਂਗਰਸ ਦੀਆਂ ਵੀ ਦੱਸ ਦਿਓ। ਕਾਂਗਰਸ ਦੀਆਂ 7 ਤੋਂ 8 ਵੋਟਾਂ ਸੀਟਾਂ ਸਾਡੀਆਂ, ਬਾਕੀ ਤੇ ਬਾਕੀ ਬਚੇ ਚੋਂ ਬਾਕੀ ਇੱਕ ਮੇਰੇ ਖਿਆਲ ਸ਼ਾਇਦ ਬਾਦਲ ਸਾਹਿਬ ਖਾਤਾ ਖੋਲ ਲੈਣ, ਸ਼ਾਇਦ ਬੀਜੇਪੀ ਵੀ ਖਾਤਾ ਖੋਲ ਲੈ। ਖਡੂਰ ਸਾਹਿਬ ਹਲਕੇ ਦੇ ਵਿੱਚ ਮੇਨ ਜਿਹੜੀ ਫਾਈਟ ਤੁਸੀਂ ਕਿਸ ਤਰ੍ਹਾਂ ਮੰਨਦੇ ਸੀਗੇ, ਜੀਰਾ ਜੀ ਦੀ ਜਿਹੜੀ ਫਾਈਟ ਆ, ਕਾਂਗਰਸ ਦੀ ਜਿਹੜੀ ਫਾਈਟ ਸੀ ਉਹ ਬੀਜੇਪੀ ਨਾਲ ਸੀ, ਅਕਾਲੀ ਦਲ ਨਾਲ ਸੀ, ਆਮ ਆਦਮੀ ਪਾਰਟੀ ਨਾਲ ਸੀ ਜਾਂ ਅੰਮ੍ਰਿਤਪਾਲ ਸਿੰਘ ਨਾਲ ਸੀ? ਦੇਖੋ ਸ਼ਾਮ ਤਾਈਂ ਕਾਫੀ ਕੁਛ ਕਲੀਅਰ ਹੋ ਜਾਊਗਾ ਔਰ 4 ਤਰੀਕ ਨੂੰ ਤੁਹਾਨੂੰ ਨਤੀਜੇ ਮਿਲ ਜਾਣੇ ਆ, ਜੀਰਾ ਜੀ ਜਿੱਤ ਕੇ ਆਉਣਗੇ। ਰਾਣਾ ਜੀ, ਸਵੇਰ ਤੋਂ ਜਿਹੜਾ ਵੋਟਿੰਗ ਟ੍ਰੈਂਡ ਆ ਬੜਾ ਸਲੋ ਹੈ, ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ, ਕੀ ਇਹ ਕਿੱਥੇ ਨਾ ਕਿੱਥੇ ਇਫੈਕਟ ਕਰ ਰਿਹਾ ਹੈ ਜਾਂ ਕਰੂਗਾ ਬਹੁਤ ਵੱਡੇ ਪੱਧਰ 'ਤੇ? ਦੇਖੋ ਜੀ, ਇਹ ਤਾਂ ਹੁਣ ਜਿਹਨੇ ਜਿੰਨਾ ਹੋਮਵਰਕ ਕੀਤਾ ਹੋਊਗਾ ਉਸ ਹਿਸਾਬ ਨਾਲ ਲੋਕਾਂ ਨੂੰ ਅਪਰੋਚ ਕੀਤਾ ਹੋਊਗਾ, ਘਰੋ ਘਰ ਗਏ ਹੋਣਗੇ, ਇਹਨਾਂ ਸਾਰੀਆਂ ਪਾਰਟੀਆਂ ਨੂੰ ਪੁੱਛ ਲਓ ਕਿਹੜਾ ਕਿਹੜਾ ਡੋਰ ਟੂ ਡੋਰ ਗਿਆ ਬਈ, ਵੋਟਾਂ ਤਾਂ ਉਸੇ ਹਿਸਾਬ ਨਾਲ ਹੀ ਆਉਣੀਆਂ। ਔਰ ਵੈਸੇ ਵੀ ਜੇ ਆਪਾਂ ਦੁਆਬੇ ਦੀ ਗੱਲ ਕਰੀਏ ਤੇ 8% ਲੋਕ ਤਾਂ ਦੋਵਾਂ ਸਾਲਾਂ ਦੇ ਵਿਦੇਸ਼ 'ਚ ਚਲੇ ਗਏ, ਜਿਹੜੀ ਨਵੀਂ ਪੀੜ੍ਹੀ ਜਿਹਨਾਂ ਦੀਆਂ ਵੋਟਾਂ ਬਣੀਆਂ ਉਹ ਸਾਰੇ ਵਿਦੇਸ਼ ਨੇ। ਸੋ ਜਿੰਨੀਆਂ ਵੋਟਾਂ ਹੁਣ ਮਤਲਬ 1,44,000 ਵੋਟ ਕਪੂਰਥਲੇ ਦੀ ਆ, ਮੈਂ ਸਮਝਦਾ ਕਿ 90 ਤੋਂ 2 ਉੱਪਰ ਪੈ ਜਾਣ, 2 ਘੱਟ ਪੈ ਜਾਣ, 90,000 ਵੋਟ 92 ਪੈ ਜਾਵੇ, 95 ਪੈ ਜਾਵੇ ਜਾਂ 88 ਰਹਿ ਜਾਵੇ, ਇੱਥੇ ਇੱਕ ਵੋਟ ਪੋਲ ਹੋਣੀ ਆ। ਓਵਰਆਲ ਕਿੱਦਾਂ ਦੇਖਦੇ ਪੰਜਾਬ 'ਚ, 60 ਤੋਂ ਟੱਪੂਗਾ ਕਿ ਤੁਹਾਡਾ ਅਨੁਮਾਨ ਕੀ ਹੈ? ਬਈ ਮੈਂ ਤਾਂ ਆਪਣੇ ਹਲਕੇ ਬਾਰੇ ਦੱਸ ਸਕਦਾ, ਲੇਕਿਨ ਹਮੇਸ਼ਾ ਪਾਰਲੀਮੈਂਟ ਜਦੋਂ ਆਉਂਦੀ ਹੈ ਨਾ ਗਰਮੀਆਂ 'ਚ ਆਉਂਦੀ ਆ ਔਰ ਇਸ ਵੇਲੇ ਛੁੱਟੀਆਂ ਵੀ ਹੁੰਦੀਆਂ, ਲੋਕ ਛੁੱਟੀਆਂ ਮਨਾਉਣ ਵੀ ਚਲੇ ਜਾਂਦੇ ਆ, ਕੁਛ ਲੋਕ ਗਰਮੀ ਕਰਕੇ ਅਮੀਰ ਆਦਮੀ ਬਾਹਰ ਨਹੀਂ ਆਉਂਦੇ, ਅਤੇ ਇਹ ਫਰਕ ਹਮੇਸ਼ਾ ਹੁੰਦਾ। ਅਤੇ ਲੋਕ ਜਿਹੜੀ ਸਾਡੀ ਅਸੈਂਬਲੀ MLA ਦੀਆਂ ਵੋਟਾਂ ਉਹ ਸਰਦੀ 'ਚ ਆਉਂਦੀਆਂ ਤਾਂ ਲੋਕ ਬਹੁਤ ਤਕੜੇ ਹੋ ਕੇ ਡਟ ਕੇ ਆ ਕੇ ਪਾਉਂਦੇ ਵੋਟਾਂ। ਰਾਣਾ ਜੀ, ਸਵਾਲ ਹੈ ਇੰਡੀ ਗਠਬੰਧਨ ਜਿਹੜਾ ਹੈਗਾ ਵਾ, ਸੁਸ਼ੀ ਰਿੰਕੂ ਦੀ ਪਤਨੀ ਕਹਿੰਦੇ ਸੂਟ ਵੰਡ ਰਹੇ ਲੋਕਾਂ ਨੂੰ ਡੁਬਾ ਰਹੇ ਆ, ਤੇ ਯਾਰ ਹੁਣ ਮੈਂ ਕੀ ਕਰ ਸਕਦਾ, ਲੈਣ ਵਾਲੇ ਲੈ ਰਹੇ ਆ ਸੂਟ, ਦੇਣ ਵਾਲੇ ਦੇ ਰਹੇ ਆ। ਤੁਹਾਡੇ ਚੰਨੀ ਸਾਹਿਬ ਨੇ ਉਹਨਾਂ ਦੇ ਜਿਹੜੀ ਕਿ ਵੀਡੀਓ ਵਾਇਰਲ ਕਰ ਦਿੱਤੀ ਤੇ ਚੰਗਾ ਕੀਤਾ, ਉਦੋਂ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੇ ਕੀਤੀ ਨਹੀਂ ਨੌ ਚੰਨੀ ਸਾਹਿਬ ਦਾ। ਰਾਣਾ ਜੀ, ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਇੰਡੀ ਗਠਬੰਧਨ ਜਿਹੜਾ ਪੂਰੇ ਭਾਰਤ ਦੇ ਵਿੱਚ ਰਿਹਾ ਹੈਗਾ ਵਾ, ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਰਲ ਕੇ ਇਲੈਕਸ਼ਨ ਲੜੇ ਨੇ, ਪਰ ਪੰਜਾਬ ਦੇ ਵਿੱਚ ਇਹਦਾ ਵਿਰੋਧ ਹੋਇਆ, ਔਰ ਕੀ ਮੰਨਦੇ ਹੋ ਕਿ ਇਲੈਕਸ਼ਨਾਂ ਤੋਂ ਬਾਅਦ ਇੰਡੀ ਗਠਬੰਧਨ ਪੰਜਾਬ ਦੇ ਵਿੱਚ ਚੱਲੇਗਾ ਔਰ ਜਿਹੜੇ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਇੰਡੀ ਗਠਬੰਧਨ ਚੱਲੇਗਾ ਕਿ ਨਹੀਂ ਚੱਲੇਗਾ? ਦੇਖੋ ਹਿੰਦੁਸਤਾਨ 'ਚ ਤਾਂ ਗਠਬੰਧਨ ਚੱਲੇਗਾ ਔਰ ਪੰਜਾਬ 'ਚ ਨਾ ਪਹਿਲਾਂ ਚੱਲਿਆ ਨਾ ਹੁਣ ਹੈ ਅਤੇ ਨਾ ਅੱਗੇ ਹੋਊਗਾ, ਅੱਗੇ ਕਿੱਦਾਂ ਹੋ ਜਾਊਗਾ?
ਜਦ ਅਸੀਂ ਇਲੈਕਸ਼ਨ 'ਚ ਹੀ ਨਹੀਂ ਇਕੱਠੇ ਹੋਏ ਅਤੇ ਇਹਦੇ ਬਾਅਦ ਕਿਵੇਂ ਇਕੱਠੇ ਹੋ ਗਏ? ਅਸੀਂ ਡਟ ਕੇ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ। ਦੇਖੋ ਮੈਂ ਆਜ਼ਾਦ ਹਾਂ ਅਤੇ ਜਿੱਥੇ ਤੱਕ ਐਮ ਪੀ ਇਲੈਕਸ਼ਨ ਦੀ ਗੱਲ ਹੈ, ਇਹਦੇ 'ਚ ਮੈਂ ਸਰਦਾਰ ਕੁਲਵੀਰ ਸਿੰਘ ਜੀ ਸੀ ਜ਼ੀਰਾ ਦਾ ਮਤ ਦੀ ਮਤ ਕੀਤੀ ਆ, ਸਮੇਤ ਮੇਰੀ ਸਾਰੀ ਟੀਮ ਨੇ ਤਕੜੇ ਹੋ ਕੇ ਸਾਥ ਦਿੱਤਾ ਉਹਨਾਂ ਦਾ। ਅਤੇ ਜਦੋਂ ਅਸੀਂ ਸਾਥ ਹੀ ਦਿੱਤਾ ਅਤੇ ਆਈ ਐਮ ਸ਼ੋਰ ਕਿ ਵੀ ਸਰਦਾਰ ਕੁਲਵੀਰ ਸਿੰਘ ਜ਼ੀਰਾ ਨੂੰ ਸੁਲਤਾਨਪੁਰ ਲੋਧੀ ਤੋਂ ਜ਼ਰੂਰ ਲੀਡ ਦਵਾ ਕੇ ਭੇਜਾਂ। ਮੈਡਮ ਜੀ, ਇਹ ਸਾਰੀ ਇਲੈਕਸ਼ਨ 'ਚ ਇੱਕ ਗੱਲ ਬੜੀ ਛਾਈ ਰਹੀ ਕਿ ਪੰਥਕ ਸੀਟ ਹੈ, ਪੰਥਕ ਸੀਟ ਹੈ, ਤੁਹਾਡੀ ਵਿਧਾਨ ਸਭਾ ਹਲਕਾ ਵੀ ਵਿੱਚ ਹੈ, ਤੁਸੀਂ ਕਿੰਨਾ ਕੁ ਮੰਨਦੇ ਹੋ ਕਿ ਇਸ ਗੱਲ ਦਾ ਅਸਰ ਸੀ ਜਿਹੜਾ ਹੁਣ ਵੋਟਾਂ 'ਚ ਤਬਦੀਲ ਹੋਏਗਾ? ਦੇਖੋ, ਸੁਲਤਾਨਪੁਰ ਤੋਂ ਵੱਡੀ ਪੰਥਕ ਸੀਟ 'ਤੇ ਕੋਈ ਵੀ ਨਹੀਂ ਰਹੀ ਪਾਸਟ 'ਚ, ਅਤੇ ਮਿਹਨਤ ਕਰਾਂਗੇ ਅਤੇ ਫਲ ਮਿਲੂਗਾ। ਸੋ ਅਸੀਂ ਆਪਦੀ ਇਲੈਕਸ਼ਨ ਸਮਝ ਕੇ ਕੰਮ ਕੀਤਾ ਅਤੇ ਆਈ ਐਮ ਸ਼ੋਰ ਵੀ ਇਹਦੇ 'ਚ ਰਿਜ਼ਲਟ ਪੋਜ਼ਿਟਿਵ ਰਹਿਣਗੇ ਕਾਂਗਰਸ ਪਾਰਟੀ ਵਾਸਤੇ। ਜਿੱਦਾਂ ਰਾਣਾ ਜੀ ਨੇ ਕਿਹਾ ਕਿ ਇੰਡੀਆ ਗਠਬੰਧਨ ਨਹੀਂ ਚੱਲੂਗਾ, ਡਟ ਕੇ ਵਿਰੋਧ ਕਰਾਂਗੇ, ਤੁਸੀਂ ਵੀ ਕਿਸੇ ਦਾ ਸਾਥ ਦੇਣ ਦੀ ਯੋਜਨਾ ਬਣਾ ਰਹੇ ਹੋ ਆਉਣ ਵਾਲੇ ਸਮੇਂ? ਯਾਰ, ਮੈਂ ਕਿਸੇ ਗਠਬੰਧਨ 'ਚ ਨਹੀਂ ਆਇਆ। ਠੀਕ ਹੈ, ਕੋਈ ਆਉਣ ਦੀ ਭਵਿੱਖ ਦੀ ਯੋਜਨਾ? ਦੇਖੋ, ਜਿੱਧਰ ਬਜ਼ੁਰਗ ਕਹਿਣਗੇ, ਰਾਣਾ ਜੀ ਕਹਿਣਗੇ, ਉੱਥੇ ਰਾਣਾ ਇੰਦਰ ਪ੍ਰਤਾਪ ਸਿੰਘ ਖੜਾ, ਆਪਣਾ ਦਿਮਾਗ ਲਾਉਣ ਦੀ ਲੋੜ ਹੀ ਨਹੀਂ। ਸੁਲਤਾਨਪੁਰ ਲੋਧੀ ਤੋਂ ਸਾਬਕਾ ਐਮ ਐਲ ਏ ਨਵਤੇਜ ਸਿੰਘ ਚੀਮਾ ਵੀ ਕੁਲਵੀਰ ਸਿੰਘ ਜ਼ੀਰਾ ਦੇ ਜਿਹੜੇ ਕਾਂਗਰਸ ਰਹੇ ਆ ਔਰ ਆਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ ਜੀ ਜ਼ੀਰਾ ਦੀ ਮਦਦ ਕਰ ਰਹੇ, ਕਿਸ ਤਰ੍ਹਾਂ ਦੋਵਾਂ ਦੀ ਸੈਟਿੰਗ ਹੋ ਰਹੀ? ਦੇਖੋ, ਸੈਟਿੰਗ ਬੜੀ ਸਿੰਪਲ। ਨਵਤੇਜ ਸਿੰਘ ਚੀਮਾ ਨਾ ਤਾਂ ਘਰੋਂ ਬਾਹਰ ਨਿਕਲੇ, ਨਾ ਉਹਨਾਂ ਨੇ ਕੋਈ ਵੀ ਇੱਕ ਵੀ 230 ਪਿੰਡਾਂ 'ਚੋਂ ਫੰਕਸ਼ਨ ਨਹੀਂ ਕੀਤਾ, ਕਿਉਂਕਿ ਲੋਕਾਂ ਨੇ ਉਹਨਾਂ ਨੂੰ ਪਿੰਡਾਂ 'ਚ ਜਾਣ ਜੋਗੇ ਨਹੀਂ ਛੱਡਿਆ। ਸੋ ਘਰੇ ਏਸੀ 'ਚ ਆਨੰਦ ਮਾਣ ਰਹੇ ਆ ਅਤੇ ਬਾਕੀ ਦੀ ਕਾਂਗਰਸ ਪਾਰਟੀ ਸਰਦਾਰ ਕੁਲਵੀਰ ਸਿੰਘ ਜ਼ੀਰਾ ਜੀ ਦੀ ਕੰਮ ਕਰ। ਪਰ ਜਿਹੜੀਆਂ ਸੁਲਤਾਨਪੁਰ ਤੋਂ ਵੋਟਾਂ ਪੈਣੀਆਂ ਉਹ ਤੁਹਾਡੀਆਂ ਗਿਣੀਆਂ ਕਿ ਨਵਤੇਜ ਚੀਮੇ ਦੀਆਂ ਗਿਣੀਆਂ? ਕਿਉਂਕਿ ਦਾਅਵਾ ਉਹਨਾਂ ਨੇ ਕਰਨਾ ਮੈਂ ਪਵਾਈਆਂ, ਸੱਚੀ ਗੱਲ ਹੋਇਆ ਇਹ ਹਰੇਕ ਨੂੰ ਪਤਾ ਕਿਹਨੇ ਪਵਾਈਆਂ, ਦੱਸਣ ਦੀ ਲੋੜ ਨਹੀਂ।